ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਜੈ ਮਸੀਹ ਦੀ ਔਰ ਸਲਾਮ। ਮੈਂ ਵੋਇਸ ਆਫ ਐਡਮੰਟਨ ਦੇ ਸੁਪਰ 8 ਦੇ ਵਿੱਚ ਪਹੁੰਚ ਗਿਆ ਹਾਂ ਅਤੇ ਤੁਸੀਂ ਸਭ ਨੇ ਮੇਰੀ ਪਰਫੋਰਮੈਂਸ ਵੀ ਦੇਖੀ ਆ ਅਤੇ ਮੇਰੇ ਗਾਉਣ ਨੂੰ ਵੀ ਦੇਖਿਆ ਆ। ਮੈਂ ਸਾਰਿਆਂ ਨੂੰ ਇਹੀ ਦਰਖਾਸਤ ਕਰਾਂਗਾ, ਵਧੀਆ ਸੁਣੋ ਔਰ ਸੁਣ ਕੇ ਵਧੀਆ ਅਤੇ ਸੁਥਰਾ ਗਾਓ। ਮੇਰਾ ਨਾਮ ਮਾਈਕਲ ਸਿੱਧੂ, ਮੈਂ ਅਮੋਸ ਸਿੱਧੂ ਦਾ ਡੈਡੀ। ਸ਼ੁਰੂ ਤੋਂ ਹੀ ਗਾਉਣ ਕੀ ਅਦਾ ਸ਼ਰਾਰਤਾਂ ਦੀ ਆਦਤ ਆ ਗਈ, ਪੜ੍ਹਾਈ ਵੀ ਵਧੀਆ ਸੀ, ਗਾਉਣ ਚ ਇਹਦਾ ਜ਼ਿਆਦਾ ਹੈ। ਮੇਰਾ ਨਾਮ ਕ੍ਰਿਸਟੀਨਾ ਸਿੱਧੂ ਆ ਤੇ ਮੈਂ ਅਮੋਸ ਸਿੱਧੂ ਦੀ ਵਾਈ ਹਾਂ। ਬਹੁਤ ਅੱਛਾ ਲੱਗਦਾ, ਮੈਂ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਖੁਦਾ ਨੇ ਜਦੋਂ ਤੋਂ ਇਹ ਸੈਮੀਫਾਈਨਲ ਸੀ ਤੇ ਇਹ ਜਾਂਦੇ ਹੁੰਦੇ ਸੀ, ਅਸੀਂ ਤਾਂ ਜ਼ਿਆਦਾ ਇਹਨਾਂ ਨੂੰ ਫੋਰਸ ਕਰਦੇ ਸੀ ਕੰਮ ਤੋਂ ਜਲਦੀ ਛੁੱਟੀ ਲੈ ਲਓ ਤੇ ਪ੍ਰੈਕਟਿਸ ਲਈ ਜਾਓ, ਕਿਉਂਕਿ ਘਰ ਵਿੱਚ ਇੰਨਾ ਟਾਈਮ ਨਹੀਂ ਮਿਲਦਾ ਹੈਗਾ ਪ੍ਰੈਕਟਿਸ ਦੇ ਲਈ ਵੀ ਤੇ ਬੱਚਿਆਂ ਦੇ ਨਾਲ ਵੀ ਇੰਨਾ ਟਾਈਮ ਨਹੀਂ ਮਿਲਦਾ। ਇਸ ਲਈ ਜਿਹੜਾ ਪ੍ਰਾਂਡ ਗਰੁੱਪ ਨੇ ਇਹ ਵੀ ਆਰਗਨਾਈਜ਼ ਕੀਤਾ ਕਿ ਬਾਹਰ ਸਾਰੇ ਪ੍ਰੈਕਟਿਸ ਕਰ ਸਕਦੇ, ਰਿਹਰਸਲ ਕਰ ਸਕਦੇ। ਇਹ ਬਹੁਤ ਵਧੀਆ ਚੀਜ਼ ਸੀਗੀ ਤਾਂ ਕਿ ਜੇ ਘਰ ਨਹੀਂ ਟਾਈਮ ਮਿਲਦਾ ਤਾਂ ਬਾਹਰ ਟਾਈਮ ਸਪੈਂਡ ਕਰਕੇ ਸਿੰਗਿੰਗ ਦੇ ਵੱਲ ਪੂਰਾ ਧਿਆਨ ਰੱਖ ਸਕਦੇ। ਬਹੁਤ ਛੋਟੇ ਹੁੰਦਿਆਂ ਹੀ ਮੈਨੂੰ ਇੰਨਾ ਨਹੀਂ ਸੀ ਪਤਾ ਵੀ ਇਹਨੂੰ ਗਾਉਣ ਜਾਣਦਾ ਆ। ਸਾਡੇ ਪਿੰਡ ਦੇ ਵਿੱਚ ਇੱਕ ਵਾਰੀ ਪ੍ਰੋਗਰਾਮ ਹੋਇਆ ਕਿਸੇ ਦੇ ਗਾਇਕ ਦਾ, ਕਿ ਕਹਿੰਦੇ ਵੀ ਅਸੀਂ ਉੱਥੇ ਉਹਨਾਂ ਦਾ ਕਰਾਉਣਾ ਆ ਪ੍ਰੋਗਰਾਮ ਤੇ ਸਾਨੂੰ ਜਿਹੜਾ ਹੈਗਾ ਜੇ ਤੁਸੀਂ ਮਸੀਹੀ ਪ੍ਰੋਗਰਾਮ ਕਰਵਾਓ ਫਿਰ ਮੈਂ ਤੁਹਾਡੀ ਮਦਦ ਕਰ ਸਕਦਾ, ਲੇਕਿਨ ਨਹੀਂ ਸੀ ਮਜਬੂਰੀ ਸੀ ਜਾਲਾਰਾ ਸਾਨੂੰ ਕਿੰਨਾ ਤੂੰ ਪਿਆਰਾ, ਮੈਸੇਜ ਆਇਆ ਸਾਡਾ ਰੱਬ ਜਾਣਦਾ ਸਾਨੂੰ ਕਿੰਨਾ ਤੂੰ ਪਿਆਰਾ, ਮੈਂ ਚਾਹੁੰਦਾ ਸਾਡਾ ਰੱਬ ਜਾਣਦਾ ਸਾਡਾ ਉਹਨਾਂ ਦਾ ਬੜਾ ਧੰਨਵਾਦ ਜਾਣਦਾ ਸਾਡਾ ਰੱਬ ਜਾਣਦਾ। ਬਹੁਤ ਵੱਡਾ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਆਪਣੇ ਸਾਰੇ ਪੰਜਾਬੀ ਭਾਈਚਾਰੇ ਵੱਲੋਂ ਔਰ ਮੈਂਬਰਾਂ ਵੱਲੋਂ। ਸੋ ਮੈਂ ਸਾਰਿਆਂ ਦਾ ਥੈਂਕ ਯੂ ਕਰਦਾ ਕਿ ਤੁਸੀਂ ਮੈਨੂੰ ਇਸ ਲਾਇਕ ਸਮਝਿਆ ਕਿ ਮੈਂ ਇਸ ਵਿੱਚ ਸਾਰਿਆਂ ਦਾ। ਪਹਿਲੀ ਗੱਲ ਤਾਂ ਇਹ ਕਿ ਸਿੰਗਿੰਗ ਦਾ ਸ਼ੌਂਕ ਮੈਨੂੰ ਵੀ ਬਹੁਤ ਹੈ, ਮੈਨੂੰ 뮤직 ਸੁਣਨ ਦਾ ਬਹੁਤ ਸ਼ੌਂਕ ਸੀ, ਪਰ ਜ਼ਿਆਦਾਤਰ ਇਹਨਾਂ ਨੂੰ ਮੈਂ ਜ਼ਿਆਦਾ ਗਜ਼ਲਾਂ ਸੁਣਦੇ ਦੇਖਿਆ। ਮੈਨੂੰ ਇੰਨਾ ਗਜ਼ਲਾਂ ਦਾ ਨਹੀਂ ਪਸੰਦ, ਮੈਨੂੰ ਬੀਟ ਸੌਂਗ ਹੀ ਜ਼ਿਆਦਾ ਪਸੰਦ ਸੀ ਤੇ ਉਹ ਮੈਂ ਜ਼ਿਆਦਾ ਕਹਿੰਦੀ ਹੁੰਦੀ ਸੀ। ਪਰ ਇਹਨਾਂ ਦਾ ਜੋ ਸ਼ੌਂਕ ਹੈ, ਇਹਨਾਂ ਦਾ ਜਿਹੜਾ ਫਲੋ ਹੈ, ਮੈਨੂੰ ਪਸੰਦ ਹੈ। ਘਰ ਇਹ ਜ਼ਿਆਦਾ ਐਜ਼ ਅ ਵਾਈਫ ਯੂ ਨੋ ਟਾਈਮ ਤਾਂ ਘੱਟੇ ਮਿਲਦਾ ਹੁੰਦਾ ਆ ਤਾਂ ਇਹ ਜ਼ਿਆਦਾ ਟੀਵੀ ਦੇਖਣਾ ਪਸੰਦ ਕਰਦੇ ਆ, ਫਿਰ ਅਸੀਂ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰ ਲੈਂਦੇ ਹੁੰਦੇ ਆ। ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ ਹੈ। ਮੈਂ ਸਾਰਿਆਂ ਨੂੰ ਸਰੋਤਿਆਂ ਨੂੰ ਅਪੀਲ ਕਰਦਾ ਕਿ 11 ਅਗਸਤ ਨੂੰ 12 ਵਜੇ ਸਭ ਜਣੇ ਆਕਾ ਸੈਂਟਰ ਦੇ ਵਿੱਚ ਪਹੁੰਚ ਕੇ ਤੇ ਮੈਨੂੰ ਸਪੋਰਟ ਕਰੋ। ਉੱਥੇ ਮੈਂ ਫਾਈਨਲ ਦੇ ਵਿੱਚ ਫਾਈਨਲ 8 ਦੇ ਵਿੱਚ ਮੈਂ ਪਹੁੰਚ ਚੁੱਕਾ ਤੇ ਤੁਹਾਡੀਆਂ ਵੋਟ ਦਾ ਮੈਨੂੰ ਬਹੁਤ ਲੋੜ ਹੈ। ਸੋ ਤੁਸੀਂ ਮੈਨੂੰ ਵੋਟ ਕਰਕੇ ਮੈਨੂੰ ਜਿਤਾਓ ਤੇ ਮੇਰੀ ਸਪੋਰਟ ਕਰਨ ਦੇ ਲਈ ਤੁਹਾਡਾ ਸਭ ਦਾ ਸ਼ੁਕਰੀਆ ਕਰਦਾ। ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ ਹੈ, ਪੀਣਾ ਸਿੱਖ ਲਿਆ।